ਜਿਹੜੇ ਲੋਕ ਗਏ ਹੋਏ ਨੇ ਜਿਹੜੇ ਜਿਨ੍ਹਾਂ ਦੀ ਰੂਹ ਥੀਏਟਰ ਨਾਲ ਜੁੜੀ ਹੋਈ ਹੈ ਜੀ ਔਰ ਉਹਨਾਂ ਨੇ ਆਪਣੀਆਂ ਟੀਮ ਤਿਆਰ ਕੀਤੀਆਂ ਜਿਨ੍ਹਾਂ ਵਿੱਚੋਂ ਮੈਂ ਤਰਕਸ਼ੀਲ ਔਰ ਅਦਰ ਆਰਗੇਨਾਈਜੇਸ਼ਨ ਵਾਲੇ ਕੁਝ ਲੋਕ ਨੇ ਔਰ ਉਹ ਬਕਾਇਦਾ ਸਿਲਸਿਲੇਵਾਰ ਨਾਟਕ ਕਰਦੇ ਰਹਿੰਦੇ ਨੇ ਸਾਲ ਦੇ ਵਿੱਚ ਦੋ ਔਰ ਤਿੰਨ ਨਾਟਕ ਮੈਂ ਉਹਨਾਂ ਨਾਲ ਜੁੜਿਆ ਹੋਇਆ ਮੈਂ ਵੀ ਨਾਟਕ ਕਰਦਾ ਹਾਂ ਅਤੇ ਬਦਕਿਸਮਤੀ ਇਹ ਹੈ ਕਿ ਇੱਕ ਪਾਸੇ ਸਾਡੇ ਪੰਜਾਬੀ ਲੋਕ ਪੰਜਾਬੀ ਭਰਾ ਜਿਹੜੇ ਨਾਟਕ ਦੇਖਣ ਬਿਲਕੁਲ ਨਹੀਂ ਜਾਂਦੇ ਜੀ ਔਰ ਦੂਸਰੇ ਪਾਸੇ ਇੱਕ ਗੋਰਿਆਂ ਦਾ ਥੀਏਟਰ ਹੈ ਜਿਹੜੇ ਕਿ $100 ਦੀ ਟਿਕਟ ਲੈ ਕੇ ਵੀ ਮਤਲਬ ਉਹਨਾਂ ਦਾ ਥੀਏਟਰ ਇਸ ਪਾਏ ਦਾ ਕਿ $100 ਦੀ ਟਿਕਟ ਲੈ ਕੇ ਵੀ ਉਹ ਜਾਂਦੇ ਨੇ ਔਰ ਫਿਰ ਵੀ ਓਵਰ ਬੁਕਿੰਗ ਰਹਿੰਦੀ ਉਹਨਾਂ ਦੀ ਨਾਟਕ ਜਿਹੜਾ ਹੈ ਉਹ ਤਾਂ ਹੈ ਹੀ ਜ਼ਰੀਆ ਲੋਕਾਂ ਨੂੰ ਮਤਲਬ ਕਿ ਜਾਗਰਿਤ ਕਰਨ ਦਾ ਔਰ ਜਿਹੜਾ ਸਾਹਿਤ ਹੈ ਔਰ ਜਿਹੜਾ ਨਾਟਕ ਹੈ ਬਹੁਤ ਅਸੀਂ ਹੈਂਬਲਿੰਗ ਕਰਦੇ ਹਾਂ ਉੱਥੇ ਜਾ ਕੇ ਰੇੜੀ ਦੇ ਉੱਪਰ ਕਿ ਤੁਸੀਂ ਇੱਕ ਤਾਂ ਗਲਤ ਛੇਟਕ ਉੱਥੇ ਪਾਈ ਹੋਈ ਹੈ ਕਿ ਜਿੰਨੇ ਵੀ ਨਾਟਕ ਹੁੰਦੇ ਉਹ ਸਾਰੇ ਮੁਫ਼ਤ ਹੁੰਦੇ ਨੇ ਪਰ ਜਿਹੜੀ ਚੀਜ਼ ਤੁਹਾਨੂੰ ਮੁਫ਼ਤ ਦੇ ਵਿੱਚ ਪਰੋਸੀ ਜਾਂਦੀ ਹੈ ਨਾ ਉਹਦੇ ਵੱਲ ਤੁਹਾਡਾ ਝੁਕਾਅ ਜਿਹੜਾ ਉਹ ਘੱਟ ਹੋਏਗਾ ਹੈ ਨਾ ਅਤੇ ਜਦੋਂ ਤੁਸੀਂ ਮੈਂ ਕਈ ਵਾਰੀ ਗੱਲ ਕਰਦਾ ਹੁੰਦਾ ਕਿ ਕਿਸੇ ਜਥੇਬੰਦੀ ਨੇ